नमस्कार दोस्तों डीडी समाचार की डी डी समाचारी गंगा खुर्द पहुंची है आज हमारे साथ सरपंच साहब शोभा सिंह जी जो निर्वोध चुने गए हैं ग्राम पंचायत द्वारा आज इनसे भी जानना चाहेंगे कि ग्राम पंचायत की मुख्य समस्या कौन कौन सी है जो इनके सामने प्रकट हुई है सरपंच साहब सबसे पहले हमारे चैनल में आपका स्वागत है हाँ जी सरपंच साहब ग्राम पंचायत की मुख्य समस्या कौन कौन सी है मुख्य समस्या ये पहला तो मैं सारे का पिंडवाद करना सरपंच बनाया ਤੇ ਮੈਂ ਵੀ ਸਾਰੇ ਪਿੰਡ ਨੂੰ ਵਧਾਈ ਦੇਣਾ ਇਸ ਗੱਲ ਦੀ ਸਰਪੰਚ ਸਾਹਿਬ ਮੁੱਖ ਸਮੱਸਿਆ ਦੀ ਬਾਤ ਹੋ ਰਹੀ ਹੈ ਕਿ ਮੁੱਖ ਸਮੱਸਿਆ ਜੋ ਕਿ ਗੰਦੇ ਪਾਣੀ ਦੀ ਨਿਕਾਸੀ ਕੇ ਲਈ ਆਪਕੇ ਦੁਆਰਾ ਕੀ ਕਦਮ ਉਠਾਏ ਗਏ ਹਨ ਹਾਂਜੀ ਅਸੀਂ ਕੁਝ ਤਾਂ ਜੀ ਨਿਕਾਸ ਕੀਤਾ ਹੈ ਰਹਿੰਦਾ ਮੈਂ ਨਰੇਗਾ ਸਕੀਮ ਵਿੱਚ ਜਿਹੜਾ ਨਿਕਾਸੀ ਨਾਲਾ ਉਹ ਪਾਸ ਕਰਵਾਈ ਬੈਠਾ ਉਹਨੂੰ ਹੁਣ ਤਿਆਰ ਕਰਵਾਵਾਂਗੇ ਬਾਅਦ ਵਿੱਚ ਸਰਪੰਚ ਸਾਹਿਬ ਪੀਣੇ ਦੇ ਪਾਣੀ ਦੀ ਕੋਈ ਸਮੱਸਿਆ ਆ ਰਹੀ ਹੈ ਬਹੁਤ ਸਮੱਸਿਆ ਪਾ ਰਹੀ ਹੈ ਇੱਥੇ 2 2.5 ਕਿਲੋਮੀਟਰ ਤੋਂ ਪਾਣੀ ਲੈ ਕੇ ਆਉਂਦੇ ਨੇ ਫਿਰ ਅਬ ਇਸਕੇ ਕੀ ਉਪਾਅ ਹੋਣਗੇ ਅੱਗੇ ਆਪਕੇ ਦੁਆਰਾ ਪਿਛਲੇ ਸਰਪੰਚ ਨੇ ਜੀ ਕੇਸ ਤਿਆਰ ਕੀਤਾ ਸੀ ਉਹ ਵਿੱਚੇ ਰਹਿ ਗਿਆ ਹੁਣ ਅਸੀਂ ਉਹਨੂੰ ਸਿਰੇ ਲਾਵਾਂਗੇ ਗੱਲਬਾਤ ਹੋਈ ਹੈ ਮੈਂਕਮੇ ਨਾਲ ਅੱਛਾ ਅੱਛਾ ਔਰ ਸਿੱਖਿਆ ਦਾ ਕੀ ਅਸਤਰ ਹੈ ਯਾ ਸਿੱਖਿਆ ਬੱਚੋਂ ਕੀ ਸਕੂਲ ਕੀ ਸਿੱਖਿਆ ਫੜੇ ਜੀ ਪ੍ਰਾਇਮਰੀ ਸਕੂਲ ਹੈਗਾ ਬਹੁਤ ਚਿਰ ਤੋਂ ਪ੍ਰਾਇਮਰੀ ਚੱਲ ਰਿਹਾ ਹੈ ਜਤਨ ਕਰਾਂਗੇ ਵੀ ਉਹਨੂੰ ਮਿਡਲ ਬਣਾਈਏ ਸਰਪੰਚ ਸਾਹਿਬ ਹੁਣ ਗੱਲ ਕਰਤੇ ਬਸ਼ਟਾਚਾਰ ਕੀ ਯਾ ਆਪ ਬਸ਼ਟਾਚਾਰ ਕੇ ਬਾਰੇ ਮੈਂ ਕੀ ਕਹਿਣਾ ਚਾਹੋ ਬਸ਼ਟਾਚਾਰ ਵੱਧ ਰਿਹਾ ਹੈ ਯਾ ਘਟ ਰਿਹਾ ਹੈ ਜੀ ਵੇਖਣ ਨੂੰ ਵਧੀਆ ਦੇ ਰਿਹਾ ਪਰ ਮੈਂ ਤਾਂ ਇਹ ਕੰਮ ਸਹੀ ਹੋਵੇ ਤਾਂ ਵਧੀਆ ਵਧੀਆ ਆਬ ਬਾਤ ਹੋ ਰਹੀ ਹੈ ਨਸ਼ਾ ਕਿਹਾ ਤਾਂ ਪੰਜਾਬ ਬਦਨਾਮ ਵੈਸੀ ਹੋ ਚੁੱਕਾ ਹੈ ਕਿ ਨਸ਼ੇ ਮੇ ਪੰਜਾਬ ਕੇ ਯੁਵਾ ਲਿਫਟ ਹੋ ਚੁਕੇ ਹਨ ਇਨਕੇ ਰੋਕਨੇ ਕੇ ਕੀ ਉਪਾਏ ਹੋਗੇ ਆਪਕੇ ਦੁਆਰਾ ਵੇਖੋ ਜੀ ਸਾਡੇ ਜ਼ਿਲ੍ਹਾ ਦੇ ਐਸਐਸਪੀ ਨੇ ਸਾਨੂੰ ਇੱਕ ਦਿਨ ਕਿਹਾ ਸੀ ਡੀਸੀ ਨੇ ਮੀਟਿੰਗ ਬੁਲਾਈ ਸੀ ਵੀ ਇਹਨੂੰ ਕਿਵੇਂ ਨ ਕਿਵੇਂ ਕਾਬੂ ਕਰਗੇ ਅਸੀਂ ਵੀ ਯਤਨ ਕਰਾਂਗੇ ਘਟਾਉਣ ਸਰਪੰਚ ਸਾਹਿਬ ਅੱਗੇ ਲੋੜੀ ਦਾ ਤਿਮਾਰ ਔਰ 26 ਜਨਵਰੀ ਆ ਰਹੀ ਹੈ ਤੁਸੀਂ ਜਨਤਾ ਨੂੰ ਔਰ ਗਾਂਵ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵਧਾਈ ਦੇਾਂਗੇ ਉਹਨਾਂ ਨੂੰ ਧੰਨਵਾਦ ਸਰਪੰਚ ਸਾਹਿਬ ਹਮਾਰੇ ਚੈਨਰ ਮੇਂ ਬਾਤ ਕਰਨੇ ਕੇ ਲੀਏ ਦੇਖਤੇ ਰਹੇਂ ਡੀਡੀ ਸਮਾਚਾਰ ਮੈਂ ਸ਼ੰਕਰ ਬਨਸਾਰੀ ਮੇਰੇ ਸਹਿਯੋਗੀ ਲਕਸ਼ਮਣ ਕੜਵਾਸਰਾ